ਭਾਰਤੀ ਜਨਤਾ ਪਾਰਟੀ ਮੇਰੇ ਖੂਨ 'ਚ ਹੈ, ਭਾਰਤੀ ਜਨਤਾ ਪਾਰਟੀ 'ਚ ਹੀ ਜਨਮ ਹੋਇਆ। ਅਕਾਲੀ ਦਲ ਦੇ ਵਿੱਚ ਕੀ ਦਿੱਕਤ ਮਹਿਸੂਸ ਹੋਈ ਕਿ ਮੁੜ ਛੱਡਣੀ ਪੈ? ਪਾਰਟੀ ਦੇ ਵਿੱਚ ਪਹਿਲੇ ਵੀ ਕੰਮ ਕੀਤਾ, ਹੁਣ ਵੀ ਕੰਮ ਕਰਨਾ। ਬਹੁਤ ਸਾਰੇ ਕਾਰਿਆਕਰਤਾ ਮੇਰੇ ਖੇਤਰ ਤੋਂ ਆਏ, ਬਹੁਤ ਸਾਰੇ ਕਾਰਿਆਕਰਤਾ ਦੂਸਰੇ ਜ਼ਿਲ੍ਹਿਆਂ ਤੋਂ ਵੀ ਆਏ ਹੈ, ਜਿਨ੍ਹਾਂ ਨੂੰ ਮੇਰੇ ਨਾਲ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਔਰ ਉਹ ਸਾਰੇ ਬੜੇ ਖੁਸ਼ ਹਨ। ਮਿੱਤਲ ਜੀ ਮੌਜੂਦ ਨੇ, ਮੁੜ ਘਰ ਵਾਪਸੀ ਕੀਤੀ ਹੈ, ਗੱਲਬਾਤ ਕਰਦੇ। ਮਿੱਤਲ ਸਾਹਿਬ, ਮੁੜ ਘਰ ਵਾਪਸੀ ਕੀਤੀ ਹੈ, ਕੀ ਕਹਿਣਾ ਚਾਹੋ? ਘਰ ਵਾਪਸ ਆ ਕੇ ਹਰ ਇਨਸਾਨ ਖੁਸ਼ ਹੁੰਦਾ, ਮੈਂ ਵੀ ਬਹੁਤ ਖੁਸ਼ ਹਾਂ ਜੀ। ਭਾਰਤੀ ਜਨਤਾ ਪਾਰਟੀ ਮੇਰੇ ਖੂਨ 'ਚ ਹੈ, ਭਾਰਤੀ ਜਨਤਾ ਪਾਰਟੀ 'ਚ ਹੀ ਜਨਮ ਹੋਇਆ ਸੀ। ਭਾਰਤੀ ਜਨਤਾ ਪਾਰਟੀ 'ਚ ਹੀ ਕੰਮ ਕਰਦੇ ਅਸੀਂ ਬੜੇ ਹੋਏ, ਭਾਰਤੀ ਜਨਤਾ ਪਾਰਟੀ 'ਚ ਹੀ ਕੰਮ ਕਰਦੇ ਇਹ ਬਾਲ ਚਿੱਟੇ ਹੋ ਗਏ। ਸੋ ਹੁਣ ਅੱਜ ਚਲੋ ਪਿੱਛੇ ਕੁਛ ਐਕਸੀਡੈਂਟਸ ਹੋ ਗਏ ਤਾਂ ਹੁਣ ਅਸੀਂ ਦੁਬਾਰਾ ਫਿਰ ਆਪਣੇ ਘਰ 'ਚ ਵਾਪਸ ਆਏ ਹਾਂ। ਪਰਿਵਾਰ ਨੇ ਬੜੇ ਗਰਮਜੋਸ਼ੀ ਦੇ ਨਾਲ ਬੜੇ ਬਾਹਾਂ ਫੈਲਾ ਕੇ ਸਵਾਗਤ ਕੀਤਾ। ਸੋ ਮੈਂ ਬਹੁਤ ਖੁਸ਼ ਹਾਂ ਔਰ ਆਪਣੇ ਪਰਿਵਾਰ ਨੂੰ ਇਹ ਭਰੋਸਾ ਦਵਾਉਂਦਾ ਦਿੱਤਾ ਵੀ ਔਰ ਫਿਰ ਤੁਹਾਡੇ ਮਾਧਿਅਮ ਤੋਂ ਦਵਾਉਂਦਾ ਕਿ ਪਾਰਟੀ ਦੇ ਕੰਮ ਨੂੰ ਅੱਗੇ ਵਧਾਵਾਂਗੇ ਔਰ ਪੂਰੇ ਜ਼ੋਰ ਸ਼ੋਰ ਨਾਲ ਵਧਾਵਾਂਗੇ। ਅਕਾਲੀ ਦਲ ਦੇ ਵਿੱਚ ਕੀ ਦਿੱਕਤ ਮਹਿਸੂਸ ਹੋਈ ਕਿ ਮੁੜ ਛੱਡਣੀ ਪੈ? ਘਰ ਆਉਣ ਵਾਸਤੇ ਕੋਈ ਬਹਾਨਾ ਨਹੀਂ ਚਾਹੀਦਾ, ਮੈਂ ਅਕਾਲੀ ਦਲ ਦੇ ਬਾਰੇ 'ਚ ਕੁਛ ਨਹੀਂ ਕਹਿ ਰਿਹਾ, ਮੈਂ ਆਪਣੇ ਘਰ 'ਚ ਵਾਪਸ ਆ ਗਿਆ, ਬਸ ਇੰਨਾ ਹੀ ਬਾਤ ਹੈ। ਮੈਂ ਅਕਾਲੀ ਦਲ ਦਾ ਕੁਛ ਕਿਸੇ ਕਿਤੇ ਕੁਛ ਨਹੀਂ ਕਿਹਾ ਵੀ ਮੇਰਾ ਕੋਈ ਅਕਾਲੀ ਦਲ ਨਾਲ ਝਗੜਾ ਹੋ ਗਿਆ ਜਾਂ ਕੀ ਹੋ ਗਿਆ। ਮੈਂ ਕਿਹਾ ਮੈਂ ਆਪਣੇ ਘਰ ਵਾਪਸ ਆਇਆ, ਲੋਕ ਵਿਦੇਸ਼ ਜਾ ਕੇ ਕੰਮ ਕਰਦੇ, ਛੱਡ ਕੇ ਜਦੋਂ ਵਾਪਸ ਆਉਂਦੇ ਆ ਉਹ ਕਿਤੇ ਲੜਕੇ ਨਹੀਂ ਆਉਂਦੇ, ਉਹ ਵਾਪਸ ਆਉਂਦੇ ਆਪਣੇ ਘਰ ਆ ਕੇ ਖੁਸ਼ ਹੁੰਦੇ। ਸਰ ਗੱਲਾਂ ਕਰਦੇ ਕਹਿੰਦੇ 2022 ਦੇ ਇਲੈਕਸ਼ਨ ਵੇਲੇ ਮਿੱਤਲ ਪਰਿਵਾਰ ਅਕਾਲੀ ਦਲ ਸ਼ਾਮਿਲ ਹੋਏ, 2024 ਦੇ ਇਲੈਕਸ਼ਨ ਵੇਲੇ ਟਿਕਟ ਦੇ ਰੋਲੇ ਕਰਕੇ ਕਹਿੰਦੇ ਵਾਪਸ ਗਏ। ਮੈਂ ਲੋਕਾਂ ਦੀ ਚਰਚਾ ਨਹੀਂ ਕਰਦਾ, ਮੈਂ ਤੁਹਾਨੂੰ ਆਪਣੀ ਗੱਲ ਦੱਸੀ ਹੈ ਕਿ ਮੈਂ ਆਪਣੇ ਪਰਿਵਾਰ 'ਚ ਵਾਪਸ ਆਇਆ। ਮਦਨ ਮੋਹਨ ਮਿੱਤਲ ਜੀ ਵੀ ਆਏ ਸੀਗੇ ਦਫ਼ਤਰ ਦੇ ਵਿੱਚ, ਉਹਨਾਂ ਦੀ ਜੁਆਇਨਿੰਗ ਦੇ ਅਸ਼ੀਰਵਾਦ ਨਾਲ ਹੀ ਆਇਆ ਕਿ ਉਹ ਉਹਨਾਂ ਨੇ ਜੁਆਇਨ ਕੀਤਾ ਹੈ। ਤੁਹਾਡੇ ਸਾਹਮਣੇ ਜੁਆਇਨਿੰਗ ਹੋਈ ਹੈ, ਜੋ ਕੁਛ ਹੋਈ ਹੈ ਉਹ ਤੁਹਾਡੀ ਹੋਈ ਹੈ, ਉਹ ਦੇਖੀ। ਹਾਂ ਫਿਰ ਮੈਂ ਤਾਂ ਉਹੀ ਦੱਸ ਰਿਹਾ, ਮੇਰੇ ਤੁਹਾਡੇ ਸਾਹਮਣੇ ਹੋਈ, ਤੁਸੀਂ ਪ੍ਰਸ਼ਨ ਮਿੱਤਲ ਸਾਹਿਬ ਦੇ ਬਾਰੇ 'ਚ ਕਰ ਰਹੇ ਹੋ, ਉਹਨਾਂ ਦੀ ਜੁਆਇਨਿੰਗ, ਉਹ ਬੜੇ ਲੀਡਰ ਹੈ, ਉਹਨਾਂ ਦੀ ਪਾਰਟੀ ਦੇਖੇਗੀ ਕਿਸ ਤਰ੍ਹਾਂ ਕਰਨਾ, ਕਿਆ ਕਰਨਾ, ਡਿਸਕਸ਼ਨ ਹੋ ਰਹੀ ਹੈ, ਕਿਆ ਕਰਨਗੇ, ਕਿਸ ਤਰ੍ਹਾਂ ਕਰਨਗੇ, ਮੈਂ ਇਸ ਬਾਰੇ 'ਚ ਕੁਛ ਨਹੀਂ ਕਹਿ ਰਿਹਾ, ਉਹ ਪਾਰਟੀ ਦਾ ਵਿਸ਼ਾ, ਮੇਰਾ ਨਹੀਂ ਹੈ। ਮੁੜ ਵਾਪਸੀ ਕਰਕੇ ਕਿਵੇਂ ਮਹਿਸੂਸ ਕਰ ਰਹੇ ਹੋ, ਕੀ ਵੱਖਰੇਵਾਂ ਲੱਗੇ, ਕੀ ਨਵੀਂ ਚੀਜ਼ ਲੱਗੀ ਹੁਣ? ਨਵੀਂ ਚੀਜ਼ ਕੀ, ਆਪਣਾ ਘਰ ਤੇ ਆਪਣਾ ਘਰ ਹੁੰਦਾ, ਨਵਾਂ ਕੁਛ ਨਹੀਂ ਹੁੰਦਾ। ਪਾਰਟੀ ਦੇ ਵਿੱਚ ਪਹਿਲੇ ਵੀ ਕੰਮ ਕੀਤਾ, ਹੁਣ ਵੀ ਕੰਮ ਕਰਨਾ। ਬਹੁਤ ਸਾਰੇ ਕਾਰਿਆਕਰਤਾ ਮੇਰੇ ਖੇਤਰ ਤੋਂ ਆਏ, ਬਹੁਤ ਸਾਰੇ ਕਾਰਿਆਕਰਤਾ ਦੂਸਰੇ ਜ਼ਿਲ੍ਹਿਆਂ ਤੋਂ ਵੀ ਆਏ ਹੈ, ਜਿਨ੍ਹਾਂ ਨੂੰ ਮੇਰੇ ਨਾਲ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਔਰ ਉਹ ਸਾਰੇ ਬੜੇ ਖੁਸ਼ ਹੈ, ਤੇ ਮੈਂ ਵੀ ਬਹੁਤ ਖੁਸ਼ ਹਾਂ। ਸ਼੍ਰੀ ਅਰਵਿੰਦ ਮਿੱਤਲ ਜੀ, ਮਦਨ ਮੋਹਨ ਮਿੱਤਲ ਹੋਰਾਂ ਵੱਲੋਂ ਮੁੜ ਭਾਜਪਾ ਜੁਆਇਨ ਕੀਤੀ ਗਈ ਹੈ ਤੇ ਮੁੜ ਘਰ ਵਾਪਸੀ ਕੀਤੀ ਗਈ ਹੈ, ਪਰ ਮਦਨ ਮੋਹਨ ਮਿੱਤਲ ਦੋਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਵੱਡੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਉਹਨਾਂ 'ਤੇ ਵਿਚਾਰ ਕਰੀ। ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ। ਅਰਵਿੰਦ ਮਿੱਤਲ ਜੀ ਮੌਜੂਦ ਨੇ, ਮੁੜ ਘਰ ਵਾਪਸੀ ਕੀਤੀ ਹੈ, ਗੱਲਬਾਤ ਕਰਦੇ। ਮਿੱਤਲ ਸਾਹਿਬ, ਮੁੜ ਘਰ ਵਾਪਸੀ ਕੀਤੀ ਹੈ, ਕੀ ਕਹਿਣਾ ਚਾਹੋ? ਘਰ ਵਾਪਸ ਆ ਕੇ ਹਰ ਇਨਸਾਨ ਖੁਸ਼ ਹੁੰਦਾ, ਮੈਂ ਵੀ ਬਹੁਤ ਖੁਸ਼ ਹਾਂ ਜੀ। ਭਾਰਤੀ ਜਨਤਾ ਪਾਰਟੀ ਮੇਰੇ ਖੂਨ 'ਚ ਹੈ, ਭਾਰਤੀ ਜਨਤਾ ਪਾਰਟੀ 'ਚ ਹੀ ਜਨਮ ਹੋਇਆ ਸੀ। ਭਾਰਤੀ ਜਨਤਾ ਪਾਰਟੀ 'ਚ ਹੀ ਕੰਮ ਕਰਦੇ ਅਸੀਂ ਬੜੇ ਹੋਏ, ਭਾਰਤੀ ਜਨਤਾ ਪਾਰਟੀ 'ਚ ਹੀ ਕੰਮ ਕਰਦੇ ਇਹ ਬਾਲ ਚਿੱਟੇ ਹੋ ਗਏ। ਸੋ ਹੁਣ ਅੱਜ ਚਲੋ ਪਿੱਛੇ ਕੁਛ ਐਕਸੀਡੈਂਟਸ ਹੋ ਗਏ ਤਾਂ ਹੁਣ ਅਸੀਂ ਦੁਬਾਰਾ ਫਿਰ ਆਪਣੇ ਘਰ 'ਚ ਵਾਪਸ ਆਏ ਹਾਂ। ਪਰਿਵਾਰ ਨੇ ਬੜੇ ਗਰਮਜੋਸ਼ੀ ਦੇ ਨਾਲ ਬੜੇ ਬਾਹਾਂ ਫੈਲਾ ਕੇ ਸਵਾਗਤ ਕੀਤਾ। ਸੋ ਮੈਂ ਬਹੁਤ ਖੁਸ਼ ਹਾਂ ਔਰ ਆਪਣੇ ਪਰਿਵਾਰ ਨੂੰ ਇਹ ਭਰੋਸਾ ਦਵਾਉਂਦਾ ਦਿੱਤਾ ਵੀ ਔਰ ਫਿਰ ਤੁਹਾਡੇ ਮਾਧਿਅਮ ਤੋਂ ਦਵਾਉਂਦਾ ਕਿ ਪਾਰਟੀ ਦੇ ਕੰਮ ਨੂੰ ਅੱਗੇ ਵਧਾਵਾਂਗੇ ਔਰ ਪੂਰੇ ਜ਼ੋਰ ਸ਼ੋਰ ਨਾਲ ਵਧਾਵਾਂਗੇ। ਅਕਾਲੀ ਦਲ ਦੇ ਵਿੱਚ ਕੀ ਦਿੱਕਤ ਮਹਿਸੂਸ ਹੋਈ ਕਿ ਮੁੜ ਛੱਡਣੀ ਪੈ? ਘਰ ਆਉਣ ਵਾਸਤੇ ਕੋਈ ਬਹਾਨਾ ਨਹੀਂ ਚਾਹੀਦਾ, ਮੈਂ ਅਕਾਲੀ ਦਲ ਦੇ ਬਾਰੇ 'ਚ ਕੁਛ ਨਹੀਂ ਕਹਿ ਰਿਹਾ, ਮੈਂ ਆਪਣੇ ਘਰ 'ਚ ਵਾਪਸ ਆ ਗਿਆ, ਬਸ ਇੰਨਾ ਹੀ ਬਾਤ ਹੈ। ਮੈਂ ਅਕਾਲੀ ਦਲ ਦਾ ਕੁਛ ਕਿਸੇ ਕਿਤੇ ਕੁਛ ਨਹੀਂ ਕਿਹਾ ਵੀ ਮੇਰਾ ਕੋਈ ਅਕਾਲੀ ਦਲ ਨਾਲ ਝਗੜਾ ਹੋ ਗਿਆ ਜਾਂ ਕੀ ਹੋ ਗਿਆ। ਮੈਂ ਕਿਹਾ ਮੈਂ ਆਪਣੇ ਘਰ ਵਾਪਸ ਆਇਆ, ਲੋਕ ਵਿਦੇਸ਼ ਜਾ ਕੇ ਕੰਮ ਕਰਦੇ, ਛੱਡ ਕੇ ਜਦੋਂ ਵਾਪਸ ਆਉਂਦੇ ਆ ਉਹ ਕਿਤੇ ਲੜਕੇ ਨਹੀਂ ਆਉਂਦੇ, ਉਹ ਵਾਪਸ ਆਉਂਦੇ ਆਪਣੇ ਘਰ ਆ ਕੇ ਖੁਸ਼ ਹੁੰਦੇ। ਸਰ ਗੱਲਾਂ ਕਰਦੇ ਕਹਿੰਦੇ 2022 ਦੇ ਇਲੈਕਸ਼ਨ ਵੇਲੇ ਮਿੱਤਲ ਪਰਿਵਾਰ ਅਕਾਲੀ ਦਲ ਸ਼ਾਮਿਲ ਹੋਏ, 2024 ਦੇ ਇਲੈਕਸ਼ਨ ਵੇਲੇ ਟਿਕਟ ਦੇ ਰੋਲੇ ਕਰਕੇ ਕਹਿੰਦੇ ਵਾਪਸ ਗਏ। ਮੈਂ ਲੋਕਾਂ ਦੀ ਚਰਚਾ ਨਹੀਂ ਕਰਦਾ, ਮੈਂ ਤੁਹਾਨੂੰ ਆਪਣੀ ਗੱਲ ਦੱਸੀ ਹੈ ਕਿ ਮੈਂ ਆਪਣੇ ਪਰਿਵਾਰ 'ਚ ਵਾਪਸ ਆਇਆ।
ਮਦਨ ਮੋਹਨ ਮਿੱਤਲ ਜੀ ਵੀ ਆਏ ਸੀਗੇ ਦਫ਼ਤਰ ਦੇ ਵਿੱਚ, ਉਹਨਾਂ ਦਾ ਉਹਨਾਂ ਦੀ ਜੁਆਇਨ ਕੀਤੀ ਅਸ਼ੀਰਵਾਦ ਨਾਲ ਹੀ ਆ ਕਿ ਉਹ ਉਹਨਾਂ ਨੇ ਜੁਆਇਨ ਕੀਤਾ ਤੁਹਾਡੇ ਸਾਹਮਣੇ ਜੁਆਇਨਿੰਗ ਹੋਈ ਹੈ ਜੋ ਕੁਛ ਹੋਈ ਹੈ ਉਹ ਤੁਹਾਡੀ ਹੋਈ ਹੈ ਉਹ ਦੇਖ ਹਾਂ ਫਿਰ ਮੈਂ ਤਾਂ ਉਹੀ ਦੱਸ ਰਿਹਾ ਮੇਰੇ ਤੁਹਾਡੇ ਸਾਹਮਣੇ ਹੋਈ ਤੁਸੀਂ ਪ੍ਰਸ਼ਨ ਮਿੱਤਲ ਸਾਹਿਬ ਦੇ ਬਾਰੇ 'ਚ ਕਰ ਰਹੇ ਹੋ ਉਹਨਾਂ ਦੀ ਜੁਆਇਨਿੰਗ ਉਹ ਬੜੇ ਲੀਡਰ ਹੈ ਉਹਨਾਂ ਦੀ ਪਾਰਟੀ ਦੇਖੇਗੀ ਕਿਸ ਤਰ੍ਹਾਂ ਕਰਨਾ ਕਿਆ ਕਰਨਾ ਡਿਸਕਸ਼ਨ ਹੋ ਰਹੀ ਹੈ ਕਿਆ ਕਰਨਗੇ ਕਿਸ ਤਰ੍ਹਾਂ ਕਰਨਗੇ ਮੈਂ ਇਸ ਬਾਰੇ 'ਚ ਕੁਛ ਨਹੀਂ ਕਹਿ ਰਿਹਾ ਉਹ ਪਾਰਟੀ ਦਾ ਵਿਸ਼ਾ ਮੇਰਾ ਨਹੀਂ ਹੈ ਮੁੜ ਵਾਪਸੀ ਕਰਕੇ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਵੱਖਰੇਵਾਂ ਲੱਗੇ ਕੀ ਨਵੀਂ ਚੀਜ਼ ਲੱਗੀ ਹੁਣ ਨਵੀਂ ਚੀਜ਼ ਕੀ ਆਪਣਾ ਘਰ ਤੇ ਆਪਣਾ ਘਰ ਹੁੰਦਾ ਨਵਾਂ ਕੁਛ ਨਹੀਂ ਹੁੰਦਾ ਪਾਰਟੀ ਦੇ ਵਿੱਚ ਪਹਿਲੇ ਵੀ ਕੰਮ ਕੀਤਾ ਹੁਣ ਵੀ ਕੰਮ ਕਰਨਾ ਬਹੁਤ ਸਾਰੇ ਕਾਰਜਕਰਤਾ ਮੇਰੇ ਖੇਤਰ ਤੋਂ ਆਏ ਬਹੁਤ ਸਾਰੇ ਕਾਰਜਕਰਤਾ ਦੂਸਰੇ ਜ਼ਿਲ੍ਹਿਆਂ ਤੋਂ ਵੀ ਆਏ ਹੈ ਜਿਨ੍ਹਾਂ ਨੂੰ ਮੇਰੇ ਨਾਲ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਔਰ ਉਹ ਸਾਰੇ ਬੜੇ ਖੁਸ਼ ਹੈ ਅਤੇ ਮੈਂ ਵੀ ਬਹੁਤ ਖੁਸ਼ ਹਾਂ ਸ਼੍ਰੀ ਅਰਵਿੰਦ ਮਿੱਤਲ ਜੀ ਮਦਨ ਮੋਹਨ ਮਿੱਤਲ ਹੋਰਾਂ ਵੱਲੋਂ ਮੁੜ ਭਾਜਪਾ ਜੁਆਇਨ ਕੀਤੀ ਗਈ ਹੈ ਅਤੇ ਮੁੜ ਘਰ ਵਾਪਸੀ ਕੀਤੀ ਗਈ ਹੈ ਪਰ ਮਦਨ ਮੋਹਨ ਮਿੱਤਲ ਦੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਵੱਡੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਉਹਨਾਂ 'ਤੇ ਵਿਚਾਰ ਕਰ ਰਹੀ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਮੈਂ ਦਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ